ਫੇਟ ਹਰਿਆਣਾ ਦੇਖਣ ਵਾਲੇ ਨਾਲ ਜੁਗਾੜੀ ਪੱਤਰਕਾਰ ਪਵਨ ਗਿੱਲ ਕੀ ਰਾਮ ਰਾਮ। ਪ੍ਰਦੇਸ਼ ਕੀ ਸਿਆਸਤ ਕੀ ਦਿਸ਼ਾ ਔਰ ਦਿਸ਼ਾ ਤੈਅ ਕਰਨੇ ਜਾ ਰਹੇ ਬਰੋਦਾ ਉਪ ਚੁਣਾਵ ਮੇਂ ਸਾਂਸਦ ਦੀਪੇਂਦਰ ਹੁੱਡਾ ਸਾਰੇ ਵਿਰੋਧੀ ਨੇਤਾਓਂ ਪਰ ਭਾੜੀ ਪੜ ਰਹੇ ਹੈ। ਬਰੋਦਾ ਵਿਧਾਨ ਸਭਾ ਖੇਤਰ ਮੇਂ ਲੋਕਪ੍ਰਿਯਤਾ ਕੇ ਮਾਮਲੇ ਮੇਂ ਸਾਰੇ ਨੇਤਾ ਇੱਕ ਤਰਫ ਹੈ ਔਰ ਦੀਪੇਂਦਰ ਹੁੱਡਾ ਅਕੇਲੇ ਇੱਕ ਤਰਫ ਹੈ। ਬਰੋਦਾ ਹਲਕੇ ਕੇ ਮੇਂ ਕੀਏ ਗਏ ਸਰਵੇ ਮੇਂ ਦੀਪੇਂਦਰ ਹੁੱਡਾ ਨੇ ਲੋਕਪ੍ਰਿਯਤਾ ਔਰ ਪਸੰਦ ਕੇ ਮਾਮਲੇ ਮੇਂ ਸਾਰੇ ਨੇਤਾਓਂ ਕੋ ਪਛਾੜ ਦਿਆ ਹੈ। ਸਾਂਸਦ ਦੀਪੇਂਦਰ ਹੁੱਡਾ ਕੀ ਲੋਕਪ੍ਰਿਯਤਾ ਕਾ ਡੰਕਾ ਬਰੋਦਾ ਹਲਕੇ ਮੇਂ ਕੇ ਵੋਟਰੋਂ ਮੇਂ ਸਿਰ ਚੜ੍ਹ ਕਰ ਬੋਲ ਰਿਹਾ ਹੈ। ਮਨਪਸੰਦ ਨੇਤਾ ਕੇ ਤੌਰ ਪਰ ਹਰ ਦੂਸਰਾ ਵੋਟਰ ਦੀਪੇਂਦਰ ਹੁੱਡਾ ਕੋ ਆਪਣੀ ਪਹਿਲੀ ਪਸੰਦ ਬਤਾ ਰਿਹਾ ਹੈ। ਇਸ ਹਿਸਾਬ ਸੇ ਪੌਣੇ 2 ਲੱਖ ਵੋਟਰੋਂ ਵਾਲੇ ਬਰੋਦਾ ਵਿਧਾਨ ਸਭਾ ਖੇਤਰ ਕੇ ਲਗਭਗ 90,000 ਵੋਟਰੋਂ ਕਾ ਸਮਰਥਨ ਅਕੇਲੇ ਦੀਪੇਂਦਰ ਹੁੱਡਾ ਕੋ ਹਾਸਿਲ ਹੈ। ਅਗਰ ਦੀਪੇਂਦਰ ਹੁੱਡਾ ਕਾਂਗਰਸ ਕੇ ਪ੍ਰਤਿਆਸ਼ੀ ਹੋਤੇ ਤੋ ਉਨ੍ਹੇ 90,000 ਸੇ 1 ਲੱਖ ਤੱਕ ਵੋਟ ਹਾਸਿਲ ਹੋਤੇ। ਲੋਕਪ੍ਰਿਯਤਾ ਕੇ ਮਾਮਲੇ ਮੇਂ ਦੀਪੇਂਦਰ ਹੁੱਡਾ ਬਰੋਦਾ ਹਲਕੇ ਮੇਂ ਆਪਣੇ ਪਿਤਾ ਭੁਪਿੰਦਰ ਹੁੱਡਾ ਸੇ ਵੀ ਆਗੇ ਨਿਕਲ ਗਏ ਹੈ। ਭੁਪਿੰਦਰ ਹੁੱਡਾ ਕੋ 38% ਵੋਟਰੋਂ ਨੇ ਆਪਣਾ ਮਨਪਸੰਦ ਨੇਤਾ ਬਤਾਇਆ ਹੈ। ਇਸ ਹਿਸਾਬ ਸੇ ਭੁਪਿੰਦਰ ਸਿੰਘ ਹੁੱਡਾ ਕੋ 65,000 ਵੋਟੋਂ ਕਾ ਸਮਰਥਨ ਹਾਸਿਲ ਹੈ। ਬਰੋਦਾ ਹਲਕੇ ਮੇਂ ਲੋਕਪ੍ਰਿਯਤਾ ਕੇ ਮਾਮਲੇ ਮੇਂ ਦੁਸ਼ਯੰਤ ਚੌਟਾਲਾ ਔਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਪੇਂਦਰ ਹੁੱਡਾ ਕੇ ਸਾਹਮਣੇ ਜ਼ਰਾ ਵੀ ਨਹੀਂ ਟਿਕ ਪਾ ਰਹੇ ਹੈ। ਦੁਸ਼ਯੰਤ ਚੌਟਾਲਾ ਸੇ ਦੀਪੇਂਦਰ ਹੁੱਡਾ ਜਹਾਂ 30 ਗੁਣਾ ਜ਼ਿਆਦਾ ਲੋਕਪ੍ਰਿਯ ਹੈ, ਵਹੀਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੇ ਵੀ 90 ਸੇ ਵੀ ਜ਼ਿਆਦਾ ਲੋਕਪ੍ਰਿਯ ਹੈ। ਉਪ ਚੁਣਾਵ ਮੇਂ ਵੋਟ ਦੇਣ ਵਾਲੀ ਪਾਰਟੀ ਕੇ ਬਾਰੇ ਮੇਂ ਸਵਾਲ ਕੀਏ ਜਾਣੇ ਪਰ 25% ਵੋਟਰੋਂ ਨੇ ਭਾਜਪਾ ਪ੍ਰਤਿਆਸ਼ੀ ਕੋ ਵੋਟ ਦੇਣੇ ਕੀ ਬਾਤ ਕਹੀ। ਇਸ ਹਿਸਾਬ ਸੇ ਲਗਭਗ 40,000 ਵੋਟੋਂ ਕਾ ਸਮਰਥਨ ਭਾਜਪਾ ਕੋ ਮਿਲ ਰਿਹਾ ਹੈ। ਖਾਸ ਬਾਤ ਇਹ ਹੈ ਕਿ 40,000 ਵੋਟਰ ਯੋਗੇਸ਼ਵਰ ਦੱਤ ਕੋ ਟਿਕਟ ਮਿਲਣੇ ਪਰ ਭਾਜਪਾ ਕਾ ਸਾਥ ਦੇਣੇ ਕੀ ਬਾਤ ਕਹਿ ਰਹੇ ਹੈ। ਅਗਰ ਯੋਗੇਸ਼ਵਰ ਦੱਤ ਕੋ ਟਿਕਟ ਨਹੀਂ ਮਿਲਾ ਤੋ ਬ੍ਰਾਹਮਣ ਵੋਟ ਭਾਜਪਾ ਕੋ ਵੋਟ ਨਹੀਂ ਦੇਣੇ ਕੀ ਬਾਤ ਸਾਫ ਸਾਫ ਕਹਿ ਰਹੇ ਹੈ। ਇਨ ਹਾਲਾਤ ਮੇਂ ਭਾਜਪਾ ਕੇ ਪਾਸ ਸਿਰਫ ਭਾਜਪਾ ਕੇ ਪਾਸ ਸਿਰਫ 25,000 ਵੋਟ ਰਹਿ ਜਾਏਂਗੇ। ਦੁਸ਼ਯੰਤ ਚੌਟਾਲਾ ਕੇ ਹੱਥੋਂ ਆਪਣੇ ਪਰਿਵਾਰ ਕਾ ਵੋਟ ਬੈਂਕ ਛਿਨਵਾ ਚੁੱਕੇ ਅਭਿਆਸ ਚੌਟਾਲਾ ਕੇ ਲਈ ਰਾਹਤ ਕੀ ਖਬਰ ਆ ਰਹੀ ਹੈ। ਦੇਵੀਲਾਲ ਵਿਚਾਰਧਾਰਾ ਕੇ ਵੋਟਰ ਦੁਸ਼ਯੰਤ ਚੌਟਾਲਾ ਕੋ ਛੋੜਕਰ ਅਭਿਆਸ ਚੌਟਾਲਾ ਕੀ ਅਭਿਆਸ ਚੌਟਾਲਾ ਕੀ ਤਰਫ ਦੁਬਾਰਾ ਰੁਖ ਕਰ ਰਹੇ ਹੈ ਔਰ ਉਨ੍ਹਾਂ ਆਪਣਾ ਨੇਤਾ ਬਣਾ ਰਹੇ ਹੈ। 10% ਵੋਟਰੋਂ ਨੇ ਅਭੈ ਚੌਟਾਲਾ ਕੋ ਆਪਣੀ ਪਸੰਦ ਕਾ ਨੇਤਾ ਬਤਾਇਆ ਹੈ। ਇਸ ਹਿਸਾਬ ਸੇ ਅਭੈ ਚੌਟਾਲਾ ਵਾਪਸੀ ਕਰ ਰਹੇ ਹੈ। ਅਗਰ ਇਨੈਲੋ ਕੋ ਦਮਦਾਰ ਪ੍ਰਤਿਆਸ਼ੀ ਮਿਲ ਗਿਆ ਤੋ ਅਭੈ ਚੌਟਾਲਾ ਕੀ ਅਗਵਾਈ ਮੇਂ ਵਹਿ ਬਢੀਆ ਪ੍ਰਦਰਸ਼ਨ ਕਰਤੀ ਹੋਈ ਨਜ਼ਰ ਆਏਗੀ। ਦੁਸ਼ਯੰਤ ਚੌਟਾਲਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੁਸ਼ਯੰਤ ਚੌਟਾਲਾ ਬਰੋਦਾ ਹਲਕੇ ਕੇ ਵੋਟਰੋਂ ਕੇ ਦਿਲੋਂ ਪਰ ਜਗ੍ਹਾ ਨਹੀਂ ਬਣਾ ਪਾਏ ਹੈ ਔਰ ਉਨ੍ਹੇ ਸਿਰਫ 2% ਲੋਕੋਂ ਨੇ ਹੀ ਪਹਿਲੀ ਪਸੰਦ ਬਤਾਇਆ ਹੈ। ਇਸ ਹਿਸਾਬ ਸੇ ਸਿਰਫ 3,000 ਵੋਟ ਦੁਸ਼ਯੰਤ ਚੌਟਾਲਾ ਕੇ ਕਹਿਣੇ ਪਰ ਉਪ ਚੁਣਾਵ ਮੇਂ ਭਾਜਪਾ ਪ੍ਰਤਿਆਸ਼ੀ ਕੀ ਤਰਫ ਸਿਫਟ ਹੋਂਗੇ। ਲੋਕ ਸਭਾ ਚੁਣਾਵ ਮੇਂ JJP ਪ੍ਰਤਿਆਸ਼ੀ ਦਿਗਵਿਜੈ ਚੌਟਾਲਾ ਕੋ ਬਰੋਦਾ ਹਲਕੇ ਸੇ 6,000 ਵੋਟ ਮਿਲੇ ਥੇ ਜੋ ਅਬ ਘੱਟ ਕਰ 3,000 ਰਹਿ ਗਈ ਹੈ। ਵਿਧਾਨ ਸਭਾ ਚੁਣਾਵ ਮੇਂ JJP ਪ੍ਰਤਿਆਸ਼ੀ ਕੋ 32,000 ਵੋਟ ਮਿਲੇ ਥੇ ਲੇਕਿਨ ਇਨਮੇ ਸੇ 28,000 ਵੋਟ ਕਾਂਗਰਸ ਪ੍ਰਤਿਆਸ਼ੀ ਕਿਰਸ਼ਨ ਹੁੱਡਾ ਕੇ ਵਿਰੋਧੀ ਔਰ JJP ਪ੍ਰਤਿਆਸ਼ੀ ਭੁਪਿੰਦਰ ਮਲਿਕ ਕੇ ਸਮਰਥਕ ਥੇ ਜੋ ਉਪ ਚੁਣਾਵ ਮੇਂ ਗਠਬੰਧਨ ਪ੍ਰਤਿਆਸ਼ੀ ਯੋਗੇਸ਼ਵਰ ਦੱਤ ਕੇ ਖਿਲਾਫ ਖੜੇ ਨਜ਼ਰ ਆ ਰਹੇ ਥੇ। ਬਰੋਦਾ ਵਿਧਾਨ ਸਭਾ ਹਲਕੇ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੀ ਲੋਕਪ੍ਰਿਯਤਾ ਬਿਲਕੁਲ ਨਹੀਂ ਹੈ। ਉਨਕੇ ਨਾਮ ਪਰ ਵੋਟ ਦੇਣ ਵਾਲੇ ਗਿਣੇ ਚੁਣੇ ਹੀ ਲੋਕ ਹੈ। ਮਹਿਜ 1% ਲੋਕੋਂ ਨੇ ਹੀ
मनोहर लाल खट्टर के नाम पर वोट देने की बात कही। सिर्फ 1,500 लोग ही मनोहर लाल खट्टर को नेता मानते हुए भाजपा प्रत्याशी को वोट देंगे। हाल ही में भाजपा के प्रदेश अध्यक्ष बनाए गए ओम प्रकाश धनखड़ का बरोदा हलके में कोई नाम लेवा नहीं है। सर्वे के दौरान एक भी वोटर ने ओम प्रकाश धनखड़ को अपना नेता नहीं माना। इसका अर्थ यह है कि ओम प्रकाश धनखड़ के नाम पर बरोदा हलके में भाजपा को वोट नहीं मिलेंगे। सही बात यह है कि बरोदा हलके में भाजपा और इनेलो को दीपेंद्र हुड्डा की लोकप्रियता से मुकाबला करना होगा। दीपेंद्र हुड्डा बरोदा हलके में सबसे अधिक लोकप्रिय हैं और अपने पिता भूपेंद्र सिंह हुड्डा के साथ मिलकर वह विरोधी दलों के नेताओं पर पूरी तरह से भारी पड़ रहे हैं। आधे वोटर भूपेंद्र हुड्डा और दीपेंद्र हुड्डा के पक्ष में लामबद्ध होकर खड़े हैं। ऐसे में बीजेपी, जेजेपी और इनेलो को उपचुनाव का दंगल जीतना बेहद मुश्किल रहेगा। अगर दीपेंद्र हुड्डा ने अपनी रणनीति में कोई गड़बड़ी नहीं की तो कांग्रेस के लिए अपना किला बरकरार रखना आसान रहेगा। भाजपा सिर्फ सत्ता के बलबूते पर ही दीपेंद्र हुड्डा को टक्कर दे पाएगी। दुष्यंत चौटाला के भरोसे जाट वोट हासिल करने की भाजपा की उम्मीद टूटती हुई नजर आ रही है। उपचुनाव की जंग पूरी तरह से दीपेंद्र हुड्डा की लोकप्रियता और भाजपा के सत्ता के जोड़ तोड़ के बीच रहेगी, जिसमें फिलहाल दीपेंद्र हुड्डा 21 नज़र आ रहे हैं। अगर हुड्डा परिवार के ने प्रत्याशी के चयन में कोई गड़बड़ नहीं की तो कांग्रेस बरोदा उपचुनाव में बड़ी जीत हासिल करती हुई नज़र आएगी। आपको हमारी यह खबर कैसी लगी? लाइक, शेयर, कमेंट और चैनल को सब्सक्राइब अभी कर दें। पसंद में आए मैंने 14